ਗੁੱਡ ਮਾਰਨਿੰਗ एवरीवन ਥਿਸ ਇ ਸੰਦੀਪ ਗੌਰ ਯੂਅਰ ਸੋਸ਼ਲ ਸਾਇੰਸ ਟੀਚਰ ਐਂਡ ਟੂਡੇ आवर ਟਾਪਿਕ ਇਜ਼ ਬੁੱਧਿਜ਼ਮ ਠੀਕ ਹੈ ਬੁੱਧਿਜ਼ਮ ਬਾਰੇ ਪੜਾਂਗੇ ਬੁੱਧਿਜ਼ਮ ਦੇ ਫਰਸਟ ਫਰਸਟ ਆਫ ਆਲ अर्ਲੀ ਹਿਸਟਰੀ ਬੁੱਧਿਜ਼ਮ ਦੇ ਜਿਹੜੇ ਫਾਊਂਡਰ ਹੀ ਕੋਣ ਹੈਗੇ ਗੌਤਮ ਸਿਧਾਰਥਾ ਠੀਕ ਹੈ ਜ ਜਿਹਨਾਂ ਨੂੰ ਗੌਤਮ ਬੁੱਧ ਕਹ ਦਿੱਤਾ ਜਾਂਦਾ ਸਿਧਾਰਥ ਉਹਨਾਂ ਦਾ ਪਹਿਲਾ ਨਾਮ ਹੈਗਾ ਠੀਕ ਹੈ ਸੋ ਉਹਨਾਂ ਦਾ ਜਨਮ ਜਿਹੜਾ ਹੈ ਉਹ ਲੁਬਨੀ ਦੇ ਨੇੜੇ ਜਿਹੜਾ ਹੈ ਕਪਲ ਵਸਤੂ ਦੇ ਵਿੱਚ ਜਿਹੜਾ ਹੈ ਹੁੰਦਾ ਹੈ 563 ਬੀਸੀ ਦੇ ਵਿੱਚ ਗੌਤਮ ਬੁੱਧਾ ਜਿਹੜੇ ਹੀਗੇ ਉਹ ਇੱਕ ਰਾਜਾ ਹੈ ਜਿਹੜੇ ਸ਼ਾਕਿਆ ਕਲੀਨ ਦੇ ਇੱਕ ਰਾਜਾ ਹੀਗੇ ਉਹਨਾਂ ਦੇ ਬੇਟੇ ਹੀਗੇ ਔਰ ਸ਼ਾਕਿਆ ਕਲੀਨ ਦੇ ਜਿਹੜੇ ਰਾਜਾ ਹੀਗੇ ਉਹ ਵੱਜੀ ਰਿਪਬਲਿਕ ਜਿਹਦੇ ਵਿੱਚ ਕਿ ਕਾਫੀ ਸਾਰੇ ਨੇ ਕਲੀਨ ਜੀ ਇਕੱਠੇ ਹੋ ਕੇ ਰਾਜ ਕਰਦੇ ਹੀਗੇ ਉਹਦੀ ਇੱਕ ਬ੍ਰਾਂਚੀਗੀ ਸ਼ਾਕਿਆ ਕਲੀਨ ਜਿਹੜੀ ਕਿ ਮੇਨ ਬ੍ਰਾਂਚੀਗੀ ਔਰ ਉਹਦੇ ਰਾਜਾ ਦੇ ਬੇਟੇ ਹੀਗੇ ਸਿਦਾਰਥ اور ਗੋਦੰਭੁੱਦ ਦੇ আর ਇਨੀਸ਼ੀਅਲੀ ਮਤਲਬ ਸਟਾਰਟਿੰਗ ਦੇ ਵਿੱਚ ਉਹ ਕਾਫੀ ਇੱਕ ਲਗਜ਼ਰੀ ਲਾਈਫ ਉਹਨਾਂ ਨੂੰ ਮਿਲਦੀ ਹੈ ਇੱਕ ਅੱਛੀ ਜ਼ਿੰਦਗੀ ਮਤਲਬ ਰਾਜਾ ਦੇ ਬੇਟੇ ਸੀਗੇ ਤੇ ਉਹ ਇੱਕ ਰਾਜਕੁਮਾਰ ਦੀ ਜ਼ਿੰਦਗੀ ਜੀਉਂਦੇ ਆ ਉਤਮਾਰੂ ਨਾਧੀ ਦੀ ਸ਼ਾਦੀ ਹੈ ਉਹਨਾਂ ਦਾ ਵਿਆਹ ਜਿਹੜਾ ਹੈ ਉਹ ਜਸ਼ੋਧਰਾ ਦੇ ਨਾਲ ਹੋ ਜਾਂਦਾ ਹੈ ਔਰ ਉਹਨਾਂ ਦਾ ਇੱਕ ਬੇਟਾ ਹੁੰਦਾ ਹੈ ਰਾਹੁਲ ਠੀਕ ਹੈ ਔਰ ਜਿਵੇਂ ਆਪਾਂ ਇਹ ਸੁਣਦੇ ਆ ਸਟੋਰੀ ਜਿਹੜੀ ਬਣਾਈ ਜਿੱਦਾਂ ਵੀ ਲਿਖੀ ਗਈ ਹੈ ਬੁੱਧਿਸਟ ਟੈਕਸਟ ਵਿੱਚ ਉਹਨਾਂ ਦੇ ਅਕੋਰਡਿੰਗ ਕੀ ਹੈ ਕਿ ਮਹਾਤਮਾ ਬੁੱਧ ਜਿਹੜੇ ਆ ਇੱਕ ਦਿਨ ਆਪਣੇ ਮਹਿਲ ਦੁਆਰ ਨਿਕਲਦੇ ਆ ਆਪਣੇ ਰਸਤੇ ਉੱਪਰ ਔਰ ਉਹ ਚਾਰ ਦੇਖਦੇ ਚਾਰ ਸਾਈਡਸ ਦੇਖਦੇ ਆ ਕਿਹੜੇ ਕਿਹੜੇ ਸਾਈਡਸ ਤੇ ਫਸਟ ਆਫ ਆਲ ਕੀ ਦੇਖਦੇ ਆ ਇੱਕ 올ਡ ਮੈਨ ਵੇਖਦੇ ਇੱਕ ਬਜ਼ੁਰਗ ਵਿਅਕਤੀ ਵੇਖਦੇ ਆ ਤੇਗੇ اور ਆਪਣੇ ਰਥਵਾਹਕ ਨੂੰ ਪੁੱਛਦੇ ਆ ਕਿ ਇਹਨੂੰ ਕੀ ਹੋਇਆ ਹੈ ਉਹ ਕਹਿੰਦਾ ਕਿ ਕਿ ਮਤਲਬ ਰਾਜਾ ਜੀ ਮਤਲਬ ਇਹ ਬਜ਼ੁਰਗ ਹੋ ਗਿਆ ਹੈ ਸੋ ਇਹਦੇ ਕੋਲ ਹੋਰ ਨਾ ਚੱਲਿਆ ਫਿਰਿਆ ਨਹੀਂ ਜਾ ਰਿਹਾ ਅੱਗੇ ਪਹੁੰਚਦੇ ਦੇ ਨੇ ਉਹ ਇੱਕ ਸਿੱਖ ਮੈਨ ਜਿਹੜਾ ਹੈ ਉਹਨੂੰ ਦੇਖਦੇ ਆ ਇੱਕ ਬਿਮਾਰ ਵਿਅਕਤੀ ਹੈ ਉਹ ਬੜਾ ਹੀ ਨਿਰਾਸ਼ ਹੋਇਆ ਬੈਠਾ ਹੈ ਉਹਦੇ ਕੋਲ ਪੈਸੇ ਨਹੀਂ ਹੈ ਲਗਾ ਲੋ ਜਾਕੀ ਵੀ ਮੀਆਂ ਉਹਨੂੰ ਬੜੀ ਤਕਲੀਫ ਹੈ ਉਹ ਜਿਹੜੀ ਉਹਦੀ ਬਿਮਾਰੀ ਉਹਨੂੰ ਤਕਲੀਫ ਦਿੰਦੀ ਪਈ ਹੈ ਔਰ ਅੱਗੇ ਜਾ ਕੇ ਉਹ ਇੱਕ ਡੈੱਡ ਪਰਸਨ ਨੂੰ ਦੇਖਦੇ ਆ ਜਿੱਦੂ ਕਿ ਜਿਹਦਾ ਫਿਨਰਲ ਚੱਲਦਾ ਪਿਆ ਜਾ ਰਿਹਾ ਹੈ ਜਿਹਨੂੰ ਸਸਕਾਰ ਲਈ ਲੈ ਕੇ ਜਾਂਦੇ ਪਏ ਆ ਸੋ ਇਹ ਸਾਰੇ ਤਿੰਨ ਸਾਈਡਸ ਦੇਖਣ ਤੋਂ ਬਾਅਦ ਵਿੱਚ ਜਿਹੜਾ ਹੈ ਉਹ ਗੌਤਮ ਬੁੱਧ ਨੂੰ ਲੱਗਦਾ ਹੈ ਕਿ ਮਤਲਬ ਜਿਹੜਾ ਦੁਨੀਆ ਇਹਦੇ ਵਿੱਚ ਸਿਰਫ ਦੁੱਖ ਹੀ ਦੁੱਖ ਹੈ ਇੱਥੇ ਹੋਰ ਕੁਝ ਨਹੀਂ ਹੈ ਠੀਕ ਹੈ ਔਰ ਨੈਕਸਟ ਜਿਹੜਾ ਉਹ ਫੋਰਥ ਔਰ ਜਿਹੜੀ ਫੋਰਥ ਸਾਈਟ ਹੈ ਉਹਦੇ ਵਿੱਚ ਉਹ ਕੀ ਦੇਖਦੇ ਆ ਕਿ ਇੱਕ ਐਸੈਟਿਕ ਮਤਲਬ ਇੱਕ ਸਾਧੂ ਜਿਹੜਾ ਹੈ ਉਹ ਚਲਿਆ ਜਾ ਰਿਹਾ ਹੈ ਔਰ ਸਾਧੂ ਜਿਹੜਾ ਜੰਗਲ ਨੂੰ ਚਲਿਆ ਜਾ ਰਿਹਾ ਹੈ ਔਰ ਜਦੋਂ ਉਹ ਨੂੰ ਪੁੱਛਦੇ ਹੈ ਕਿ ਮਤਲਬ ਤੁਸੀਂ ਕਿੱਥੇ ਜਾ ਰਹੇ ਹੋ ਜਾਂ ਉਹ ਆਪਣੇ ਰਥਵਾਹਕ ਨੂੰ ਪੁੱਛਦੇ ਕੋ ਕੌਣ ਹੈ ਕਿੱਥੇ ਜਾ ਰਹੇ ਹੋ ਕਹਿੰਦਾ ਕਿ ਉਹ ਇੱਕ ਸਾਧੂ ਹੈ ਔਰ ਉਹ ਜੰਗਲ ਵਿੱਚ ਜਿਹੜੀ ਉਹ ਭਗਤੀ ਕਰ ਲਈ ਜਾ ਰਿਹਾ ਹੈ ਠੀਕ ਹੈ ਅ ਔਰ ਜਦੋਂ ਸਾਧੂ ਨੂੰ ਪੁੱਛਦੇ ਇਹਦੇ ਨਾਲ ਉਹ ਕੀ ਜਵਾਬ ਦਿੰਦੇ ਉਹਨਾਂ ਨੂੰ ਕਿ ਸਿਰਫ ਇਹੀ ਇੱਕ ਰਸਤਾ ਹੈ ਜਿਹਦੇ ਨਾਲ ਆਪਾਂ ਆਪਣੇ ਦੁੱਖ ਤਕਲੀਫਾਂ ਨੂੰ ਖਤਮ ਕਰ ਸਕਦੇ ਹਾਂ ਜਾਂ ਨਾ ਤਾਂ ਮੁਕਤੀ پا ਸਕਦੇ ਹਾਂ then ਉਹਦੇ ਤੋਂ ਇਨਸਪਾਇਰਡ ਹੋ ਕੇ ਜਿਹੜੇ ਗੌਤਮ ਬੁੱਧ ਨੇ ਉਹ ਕੀ ਕਰਦੇ ਨੇ ਕਿ ਉਹ ਏ 30 ਦੀ ਉਮਰ ਦੇ ਵਿੱਚ ਆਪਣਾ ਜਿਹੜਾ ਘਰ ਹੈ ਉਹ ਛੱਡ ਦਿੰਦੇ ਆ ਔਰ ਕੰਟੀਨਿਊਸਲੀ ਅਗਲੇ 6 ਇਅਰਸ ਤੱਕ ਕੰਟੀਨਿਊਸਲੀ ਘੁੰਮਦੇ ਰਹਿੰਦੇ ਤਾਂ ਕਿ ਉਹ ਵੀ ਜਿਹੜਾ ਉਹ ਮੁਕਤੀ پا ਸਕਣ ਉਹ ਸੱਚ ਨੂੰ ਪਤਾ ਕਰ ਸਕਣ ਜਿਹਦੇ ਨਾਲ ਜਿਹੜਾ ਇਹ ਉਹਨਾਂ ਦੇ ਦੁੱਖ ਜਿਹੜੇ ਤਕਲੀਫਾਂ ਜਿਹੜੀਆਂ ਉਹ ਖਤਮ ਹੋ ਜਾਣ ਠੀਕ ਹੈ ਸੋ ਇਸ ਟਾਈਮ ਪੀਰੀਅਡ ਦੇ ਵਿੱਚ ਕਈ ਤਰੀਕੇ ਦੇ ਮਤਲਬ ਉਹ ਹਾਰਡਸ਼ਿਪਸ ਆਉਂਦੀਆਂ ਇਹਨਾਂ ਦੇ ਕੱਪੜੇ ਜਿਹੜੇ ਕੰਟੀਨਿਊਸਲੀ ਘੁੰਮਦੇ ਰਹਿਆਂ ਦੇ ਨਾਲ ਫਟ ਜਾਂਦੇ ਆ ਪੈਰਾਂ ਤੋਂ ਨੰਗੇ ਹੁੰਦੇ ਆ ਕਈ ਵਾਰ ਕੁਝ ਖਾਣ ਲਈ ਨਹੀਂ ਮਿਲਦਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਬੜੇ ਤਰੀਕ ਜਿਹੜੀ ਹਾਰਡਸ਼ਿਪਸ ਨੇ ਉਹਨਾਂ ਤੋਂ ਉਹਨਾਂ ਨੂੰ ਗੁਜ਼ਰਨਾ ਪੈਂਦਾ ਹੈ ਔਰ ਫਾਈਨਲੀ ਕੀ ਹੁੰਦਾ ਹੈ ਇੱਕ ਦਿਨ ਉਹ ਬਿਲਕੁਲ ਇਹ ਸੋਚ ਕੇ ਕਿ ਹੁਣ ਮਤਲਬ ਮੈਂ ਜਾਂ ਤਾਂ ਮੈਂ ਉੱਠਾਂਗਾ ਨਹੀਂ ਅਗਰ ਮੈਂ ਉੱਠਾਂਗਾ ਇੱਥੋਂ ਬੈਠਾ ਹੋਇਆ ਥੈਨ ਮੈਂ ਕੋਈ ਨਾ ਕੋਈ ਇਹ ਇਰਾਦਾ ਨੂੰ ਜਾਣ ਕੇ ਰਵਾਂਗਾ ਕਿ ਮਤਲਬ ਕਿਵੇਂ ਆਪਣੇ ਦੁੱਖਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਠੀਕ ਹੈ ਇਸ ਰੈਜ਼ੋਲੂਸ਼ਨ ਦੇ ਨਾਲ ਜਿਹੜਾ ਵਾ ਉਹ ਉਹ ਬੈਠ ਜਾਂਦੇ ਆ ਕਿ ਪੀਪਲ ਦੇ ਰੁੱਖ ਦੇ ਹਠੜਾ ਬੋਧਗਿਆ ਜਿਹੜਾ ਇੱਕ ਪਲੇਸ ਹੈ ਬਿਹਾਰ ਦੇ ਵਿੱਚ ਉੱਥੇ ਬੋਧਗਿਆ ਦੇ ਵਿੱਚ ਇੱਕ ਪੀਪਲ ਦਾ ਰੁੱਖ ਅੱਜ ਵੀ ਮੌਜੂਦ ਹੈ ਠੀਕ ਹੈ ਸੋ ਉਸ ਰੁੱਖ ਦੇ ਹਠੜੇ ਉ ਬੈਠ ਜਾਂਦੇ ਆ ਔਰ ਉੱਥੇ ਬੈਠ ਕੇ ਕੰਟੀਨਿਊਸਲੀ ਮੈਡੀਟੇਟ ਕਰਨਾ ਸ਼ੁਰੂ ਕਰ ਦਿੰਦੇ ਆ ਕੰਟੀਨਿਊਸਲੀ ਜਿਹੜਾ ਹੈ ਉੱਥੇ ਭਗਤੀ ਕਰਨਾ ਸ਼ੁਰੂ ਕਰ ਦਿੰਦੇ ਆ ਠੀਕ ਹੈ ਔਰ 49 ਡੇਸ ਬਾਅਦ ਜਿਹੜਾ ਹੈ ਉੱਥੇ ਉਹਨਾਂ ਨੂੰ ਇੱਕ ਇਨਲਾਈਟਮੈਂਟ ਮਿਲਦੀ ਹੈ ਗਿਆਨ ਮਿਲਦਾ ਹੈ ਇੱਕ ਪਰਮਾਤਮਾ ਦੀ ਸਮਝ ਮਿਲਦੀ ਹੈ ਔਰ ਉਹਨਾਂ ਨੂੰ ਬੁੱਧਾ ਕਿਹਾ ਜਾਣ ਲੱਗਦਾ ਹੈ ਠੀਕ ਹੈ ਨੈਕਸਟ ਜੇ ਜਦੋਂ ਉਹਨਾਂ ਨੂੰ ਗਿਆਨ ਮਿਲ ਜਾਂਦਾ ਹੈ ਬੋਧਗਯਾ ਵਿੱਚ ਜਦੋਂ ਉੱਥੇ ਕੋਈ ਨਹੀਂ ਹੁੰਦਾ ਕਿਉਂਕਿ ਸਾਰਾ ਜੰਗਲ ਦਾ ਇਲਾਕਾ ਹੈਗਾ ਸੋ ਉਹ ਤੋਂ ਮੂਵ ਕਰਦੇ ਹੋ ਸਾਰਨਾਥ ਹੁੰਦੇ ਨੇ ਸਾਰਨਾਥ ਜਿਹੜਾ ਵਾਰਾਨਸੀ ਜੀ ਨੂੰ ਬਨਾਰਸ ਵੀ ਕਹਿੰਦੇ ਆ ਉਹਦੇ ਕੋਲ ਇੱਕ ਪਲੇਸ ਹੈ ਸਾਰਨਾਥ ਸਾਰਨਾਥ ਵਿੱਚ ਆ ਕੇ ਉਹ ਆਪਣਾ ਪਹਿਲਾ ਸਰਮਨ ਆਪਣਾ ਪਹਿਲਾ ਪਰਵਚਨ ਦਿੰਦੇ ਆ ਠੀਕ ਹੈ ਔਰ ਜਦੋਂ ਵੀ ਉਹ ਆਪਣੇ ਟੀਚਿੰਗਸ ਦਿੰਦੇ ਆ ਆਪਣੇ ਸਰਮਨਸ ਦਿੰਦੇ ਆ ਉਹ ਕਿਹੜੀ ਲੈਂਗੁਏਜ ਦਿੰਦੇ ਆ ਜਿਹੜੀ ਲੋਕਲ ਪੀਪਲਸ ਦੀ ਲੈਂਗੁਏਜ ਹੀ ਜਾਨੀ ਕਿ ਉਹ ਕਹਿ ਲੋਗੇ ਤੁਸੀਂ ਪ੍ਰਾਕ੍ਰਿਤ ਹੀ ਲੈਂਗੁਏਜ ਪਾਲੀ ਲੈਂਗੁਏਜ ਹੀਗੀ ਸੋ ਪਾਲੀ ਲੈਂਗੁਏਜ ਪ੍ਰਗਿਤ ਲੈਂਗੁਏਜ ਵਿੱਚ ਆਪਣੇ ਜਿਹੜੀਆਂ ਟੀਚਿੰਗਸ ਆ ਉਹ ਦਿੰਦੇ ਆ ਆਪਣੇ ਸਰਮਨਸ ਜਿਹੜੇ ਉਹ ਦਿੰਦੇ ਆ ਇਸ ਤਰੀਕੇ ਨਾਲ ਕੰਟੀਨਿਊਸਲੀ ਅਗਲੇ ਸਾਰੇ ਸਾਲਾਂ ਵਿੱਚ ਜਿੰਨੇ ਵੀ 40 ইয়ারਸ ਤੋਂ ਬਾਅਦ ਜਿਹੜੇ ਅਗਲੀ ਉਹਨਾਂ ਦੀ ਇਹ ਸੀਗੀ ਕੰਟੀਨਿਊਸਲੀ ਉਹ ਮੂਵ ਕਰਦੇ ਰਹੇ ਔਰ ਆਪਣੇ ਟੀਚਿੰਗਸ ਜਿਹੜੀਆਂ ਹਿੰਗੀਆਂ ਲੋਕਾਂ ਨੂੰ ਦਿੰਦੇ ਰਹੇ ਔਰ ਲੋਕਾਂ ਨੂੰ ਇਹ ਜਿਹੜਾ ਵਰਡ ਫੀਨੋਮੀਨਾ ਹੈ ਕਿ ਤੇ ਤਕਲੀਫ ਕੋਈ ਹਰ ਪਰ ਸੰਦੁਖੀ ਹੈ ਕਿਸੇ ਦੇ ਦੁੱਖ ਦਾ ਕਾਰਨ ਕੋਈ ਜ ਹੈ ਕਿਸੇ ਦੇ ਦੁੱਖ ਦਾ ਕਾਰਨ ਕੋਈ ਜ ਹੈ ਉਹਨਾਂ ਸਾਰੀ ਚੀਜ਼ਾਂ ਬਾਰੇ ਅਵੇਅਰ ਕਰਦੇ ਰਹਿੰਦੇ ਆ ਠੀਕ ਹੈ ਔਰ ਫਾਈਨਲੀ 80 ইয়ারਸ ਦੀ এজ ਦੇ ਵਿੱਚ ਕੁਸ਼ੀਨਗਰ ਈਸਟਰਨ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਹੈਗਾ ਉਹ ਉਹਦੀ ਮੌਤ ਹੋ ਜਾਂਦੀ ਹੈ ਠੀਕ ਹੈ ਨੈਕਸਟ ਉਹਨਾਂ ਦੇ ਮੇਨ टीचिंग्स ਨੇ ਮੇਨ टीचिंग्स ਕੀ ਨੇ ਬੁੱਧਾ ਦੀਆਂ ਕਿ ਉਹ ਕਹਿੰਦੇ ਹੈ ਕਿ ਜਿਹੜੀ ਜ਼ਿੰਦਗੀ ਹੈ ਜਿਹੜੀ ਆਪਣੀ ਕਿਸੇ ਵੀ ਹਿਊਮਨ ਬੀਿੰਗ ਦੀ ਉਹ ਚ ਤਕਰੀਬਨ ਕੋਈ ਪਰਸਨ ਨਹੀਂ ਜਿਹੜਾ ਕਹੂਗਾ ਕਿ ਮੈਨੂੰ ਕੋਈ ਦੁੱਖ ਨਹੀਂ ਆ ਮੈਨੂੰ ਕੋਈ ਤਕਲੀਫ ਨਹੀਂ ਆ ਹਰ ਇੱਕ ਪਰਸਨ ਜਿਹੜਾ ਹੈ ਉਹ ਦੁਖੀ ਹੈ ਪਰ ਉਹਦੇ ਦੁੱਖ ਦਾ ਕਾਰਨ ਕੀ ਹੈ ਦਾ ਕੌਜ਼ ਆਫ ਦਾ ਸਫਰਿੰਗ ਇਜ਼ ਡਿਜ਼ਾਇਰ ਠੀਕ ਹੈ ਇੱਛਾ ਜਿਹੜੀ ਆ ਆਪਣੀਆਂ ਇੱਛਾਵਾਂ ਉਹੀ ਦੁੱਖ ਦਾ ਕਾਰਨ ਹੈ ਠੀਕ ਹੈ ਜਦੋਂ ਆਪਣੀ ਇੱਕ ਇੱਛਾ ਪੂਰੀ ਹੋ ਜਾਂਦੀ ਫਿਰ ਆਪਣੀ ਦੂਸਰੀ ਇੱਛਾ ਰੇਜ਼ ਹੋ ਜਾਂਦੀ ਹੈ ਸੋ ਇਹ ਆਪਣੀਆਂ ਇੱਛਾਵਾਂ ਜਿਹੜੀਆਂ ਉਹੀ ਦੁੱਖ ਦਾ ਕਾਰਨ ਹੈ ਸੋ ਅਗਰ ਆਪਾਂ ਚਾਹੋਨੇ ਕਿ ਸਾਡੇ ਸਫਰਿੰਗਸ ਖਤਮ ਹੋ ਜਾਣ ਸਾਡੇ ਦੁੱਖ ਖਤਮ ਹੋ ਜਾਣ ਦੈਨ ਕੀ ਕਰਨਾ ਪਵੇਗਾ ਆਪਾਂ ਨੂੰ ਆਪਣੀਆਂ ਡਿਜ਼ਾਇਰਸ ਨੂੰ ਖਤਮ ਕਰਨਾ ਪਵੇਗਾ ਠੀਕ ਹੈ ਔਰ ਡਿਜ਼ਾਇਰਸ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਿਵੇਂ ਹੋਣ ਗਿਆ ਇੱਕ ਮਿਡਲ ਪਾਥ ਇੱਕ ਸਟਾਂਗਿਕ ਮਾਰਗ ਉਹਨਾਂ ਨੇ ਦਿੱਤਾ ਹੈ ਔਰ ਤੇ ਚੱਲ ਕੇ ਜਿਹੜਾ ਹੈ ਉਹ ਆਪਾਂ ਆਪਣੀਆਂ ਇਸ਼ਾਵਾਂ ਨੂੰ ਖਤਮ ਕਰ ਸਕਦੇ ਹਾਂ ਜੋ ਕਹਿ ਲੋਗੇ ਕੰਟਰੋਲ ਕਰ ਸਕਦੇ ਆ ਔਰ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਦੁੱਖ ਨੇ ਉਹ ਖਤਮ ਹੋ ਜਾਣਗੇ ਜਾਂ ਦੁੱਖ ਜਿਹੜੇ ਆਪਣੇ ਉਹਨਾਂ ਨੂੰ ਆਪਾਂ ਸਮਝ ਸਕਾਂਗੇ ਉਹਦਾ ਦੁੱਖਾਂ ਨੂੰ ਮਹਿਸੂਸ ਨਹੀਂ ਕਰਾਂਗੇ ਠੀਕ ਹੈ ਸੋ ਜਿਹੜਾ ਬੁੱਧ ਨੇ ਇੱਕ ਰਸਤਾ ਦਿੱਤਾ ਚੱਲਣ ਦੇ ਲਈ ਦੈਟ ਇਜ਼ ਮਿਡਲ ਪਾਥ ਮਿਡਲ ਪਾਥ ਮਤਲਬ ਇਹ ਨਹੀਂ ਕਿ ਤੂੰ ਹੀ ਘਰ ਛੱਡ ਕੇ ਚਲੇ ਜਾਓ ਔਰ ਇਹ ਵੀ ਨਹੀਂ ਕਿ ਤੁਸੀਂ ਬੜੀ ਇੱਕ ਲਗਜ਼ਰੀ ਲਾਈਫ ਸਪੈਂਡ ਕਰੋ ਇੱਕ ਮਿਡਲ ਪਾਥ ਤੇ ਚੱਲੋ ਤਾਂ ਕਿ ਤੁਹਾਡੇ ਜਿਹੜੇ ਦੁੱਖ ਨੇ ਔਰ ਧੜੀਆਂ ਡਿਜ਼ਾਇਰਸ ਨੇ ਉਹ ਕੰਟਰੋਲ ਚ ਰਹਿਣ ਠੀਕ ਹੈ ਨੈਕਸਟ ਦੇ ਕੇ ਬੁੱਧਾ ਜਿਹੜੇ ਉਹਨਾਂ ਨੇ ਇਕੁਐਲਟੀ ਨੂੰ ਪ੍ਰੀਚ ਕੀਤਾ ਹੈ ਕਿ ਸਾਰੇ ਹਿਊਮਨ ਬੀਇੰਗਸ ਕੀ ਨੇ ਇਕੁਅਲ ਨੇ ਠੀਕ ਹੈ ਔਰ ਸਭ ਦੇ ਲਈ ਜਿਹੜਾ ਹੈ ਉਹਨਾਂ ਨੇ ਇਕੁਅਲ ਰਿਸਪੈਕਟ ਜਿਹੜੀ ਉਹ ਦੇ ਸਾਰੇ ਦੇ ਜਿਹੜੇ ਇਕੁਅਲੀ ਇੰਪੋਰਟੈਂਟ ਨੇ ਸਭ ਨੂੰ ਪਰਮਾਤਮਾ ਨੇ ਇੱਕੋ ਜਿਹਾ ਜਨਮ ਦਿੱਤਾ ਹੈ ਸਾਰੇ ਇਕੁਅਲ ਦੇ ਠੀਕ ਹੈ ਉਹਨਾਂ ਨੇ ਕਾਸ ਸਿਸਟਮ ਜਿਹੜਾ ਉਸ ਟਾਈਮ ਤੇ ਬਹੁਤ ਜ਼ਿਆਦਾ ਰਿਜਿਡ ਸੀਗਾ ਔਰ ਲੋਕਾਂ ਦੀ ਜਿਹੜੀ ਜ਼ਿੰਦਗੀ ਸੀ ਉਹਨੂੰ ਓਵਰਲੇਪ ਕਰਦਾ ਸੀਗਾ ਉਹਨੂੰ ਉਹਨਾਂ ਨੇ ਜਿਹੜਾ ਹੈਗਾ ਉਹ ਰਿਜੈਕਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਹਰ ਇੱਕ ਪਰਸਨ ਜਿਹੜਾ ਹੈ ਉਹ ਆਪਣੇ ਕਰਮਾਂ ਦਾ ਫਲ ਭੋਗਦਾ ਹੈ ਜੋ ਆਪਾਂ ਕਰਦੇ ਆ ਜਾਂ ਤਾਂ ਆਪ ਨੂੰ ਵਿਦਨ ਲਾਈਫ ਆਪਣੇ ਜਿਹੜਾ ਇਹ ਆਪਣੇ ਕਰਮਾਂ ਦਾ ਕੀਤਾ ਮਿਲ ਜਾਂਦਾ ਜਾਂ ਨੈਕਸਟ ਜਿਹੜੀ ਜੈਨਮ ਹੈ ਉਹਦੇ ਵਿੱਚ ਮਿਲਦਾ ਹੈ ਠੀਕ ਹੈ ਸੋ ਜੋ ਵੀ ਕਿਸੇ ਪਰਸਨ ਨਾਲ ਹੋ ਰਿਹਾ ਹੈ ਉਹ ਦੇ ਕਰਮਾਂ ਦਾ ਫਲ ਹੈ ਠੀਕ ਹੈ ਔਰ ਬੁੱਧਾ ਜਿਹੜਾ ਅਹਿੰਸਾ ਦਾ ਜਿਹੜਾ ਹੈਗਾ ਪ੍ਰਚਾਰ ਕੀਤਾ ਕਿ ਕਦੇ ਵੀ ਕਿਸੇ ਨੂੰ ਮਾਰੋ ਨਾ ਕਦੇ ਵੀ ਕਿਸੇ ਦੀ ਚੋਰੀ ਨਾ ਕਰੋ ਝੂਠ ਨਾ ਬੋਲੋ ਸ਼ਰਾਬ ਵਗੈਰਾ ਨਾ ਪੀਓ ਠੀਕ ਹੈ ਸੋ ਇਹੋ ਜਿਹੀਆਂ ਚੀਜ਼ਾਂ ਤੋਂ ਸਾਰੀਆਂ ਤੋਂ ਬੁੱਧਾ ਨੇ ਜਿਹੜਾ ਹੈਗਾ ਉਹ ਮਨਾ ਕੀਤਾ ਹੈਗਾ ਨੈਕਸਟ ਹੈਗੇ ਬਹੁਤ ਸਾਰੀਆਂ ਐਵੇਂ ਦੀ ਆਪਾਂ ਨੂੰ ਕਥਾਵਾਂ ਜੜੀਆਂ ਨੇ ਬੁੱਧ ਦੇ ਬਾਰੇ ਮਿਲਦੀਆਂ ਨੇ ਜਿੱਥੋਂ ਆਪਾਂ ਨੂੰ ਬਦਰ ਲੱਗਦਾ ਹੈ ਕਿ ਉਹ ਕਿਵੇਂ ਅਹਿੰਸਾ ਦਾ ਜਿਹੜਾ ਹੈਗਾ ਪਾਲਣ ਕਰਵਾਉਣਾ ਚਾਹੁੰਦੇ ਸੀ ਜਾਂ ਇਹ ਕਥਾਵਾਂ ਤੋਂ ਉਹਨਾਂ ਨੇ ਕਰਵਾਇਆ ਜਿਵੇਂ ਆਪਾਂ ਨੂੰ ਜਿਹੜੀਆਂ ਬੁੱਧਿਸਟ ਟੈਕਸਟਾਂ ਉਹਨਾਂ ਵਿੱਚ ਇੱਕ ਇਹਦੀ ਸਟੋਰੀ ਮਿਲਦੀ ਹੈ ਕਿ ਉਹ ਦੋ ਟ੍ਰਾਈਬ ਸੀਗੇ ਜਨਕ ਦੋ ਕਬੀਲਿਆਂ ਦੀ ਆਰਮੀ ਸੀਗੀਆਂ ਖੜੀਆਂ ਹੋਈਆਂ ਲੜਨ ਦੇ ਲਈ ਔਰ ਉਹ ਉੱਥੇ ਪਹੁੰਚ ਜਾਂਦੇ ਆ ਔਰ ਉਹਨਾਂ ਦੀ ਲੜਾਈ ਜਿਹੜੀ ਉਹਨੂੰ ਰੁਕਵਾਉਂਦੇ ਆ ਨੈਕਸਟ ਇੱਕ ਹੋਰ ਨਰੇਟ ਹੈ ਜਿਹਦੇ ਵਿੱਚ ਬੁੱਧਾ ਬਾਰੇ ਇੱਕ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਇੱਕ ਡੈਕੋਰਟ ਮਤਲਬ ਇੱਕ ਡਾਕੂ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਅੰਗਲੀਮਾਲ ਉਂਗਲੀਮਾਲ ਜਿਹੜਾ ਇੱਕ ਡਾਕੂ ਹੀਗਾ ਔਰ ਉਹਦੇ ਨਾਲ ਉਹਦੇ ਜਿਹੜੇ ਸਾਥੀ ਹੀਗੇ ਉਹਨਾਂ ਨੂੰ ਬਿਲਕੁਲ ਸਹੀ ਰਸਤੇ ਤੇ ਲਿਆਂਦਾ ਹੈਗਾ ਠੀਕ ਹੈ ਸੋ ਇਵੇਂ ਉਹਨਾਂ ਦੇ ਕਈ ਟੀਚਿੰਗਸ ਨੇ ਜਿਹੜੀਆਂ ਉਹਨਾਂ ਨੇ ਦਿੱਤੀਆਂ ਔਰ ਕਈ ਐਵੇਂ ਦੀ ਇਵੈਂਟਸ ਨੇ ਜਿਹੜੀਆਂ ਉਹਨਾਂ ਦੇ ਲਾਈਫ ਨਾਲ ਰਿਲੇਟਡ ਕੀਤੀਆਂ ਜਾਂਦੀਆਂ ਐ ਇਹ ਦੱਸਣ ਦੇ ਲਈ ਕਿ ਉਹਨਾਂ ਦੇ ਟੀਚਿੰਗਸ ਨੂੰ ਕਿਵੇਂ ਉਹ ਇੰਪਲੀਮੈਂਟ ਕਰਨਾ ਚਾਹੁੰਦੇ ਹੈ ਜਾਂ ਕਰਦੇ ਹੈਗੇ ਥੈਂਕ ਯੂ